ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਸਾਰਿਆਂ ਦਾ ਕੰਟੀਨੀ ਮੰਡੀਰ ਪੂਰੇ 1 ਸਾਲ ਦਾ ਹੋ ਗਿਆ ਜੀ ਉਹ ਨਹੀਂ ਉਹ ਤਾਰੇ ਤੋੜਨ ਦੀ ਗੱਲ ਕਰਦੇ ਉਹੀ ਕਹੀਏ ਜੋ ਕਰਨਾ ਜਾਣਦੇ ਹਾਂ ਬਈ ਸਾਨੂੰ ਆਉਂਦੀ ਹੈ ਸਮੇਂ ਦੀ ਨਬਜ਼ ਫੜਨੀ ਉਹ ਰੰਗ ਮਹਿਫਲ ਚ ਭਰਨਾ ਜਾਣਦੇ ਹਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕਾ ਜੀ ਤੁਹਾਡਾ ਆਪਣਾ ਫੇਵਰੇਟ ਸ਼ੋ ਜਿਹਦਾ ਨਾਮ ਹੈ ਕੰਟੀਨੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਤੁਹਾਨੂੰ ਵੀ ਭਾਈ ਤੁਹਾਨੂੰ ਵੀ ਢੇਰ ਸਾਰੀਆਂ ਮੁਬਾਰਕਾਂ ਅਤੇ ਜਿਹੜੇ TV ਸੈੱਟ ਮੂਹਰੇ ਬੈਠੇ ਨੇ ਤੁਹਾਨੂੰ ਵੀ ਢੇਰ ਸਾਰੀਆਂ ਵਿਸ਼ਿਸ਼ ਕਿਉਂਕਿ ਅੱਜ ਸਾਡਾ ਸਾਰਿਆਂ ਦਾ ਕੰਟੀਨੀ ਮੰਡੀਰ ਪੂਰੇ 1 ਸਾਲ ਦਾ ਹੋ ਗਿਆ ਜੀ ਸੋ ਸਾਨੂੰ ਸਾਰਿਆਂ ਨੂੰ ਵਧਾਈਆਂ ਜੀ ਸੋ ਇਸ ਖੁਸ਼ੀ ਦੇ ਮੌਕੇ 'ਤੇ ਸਭ ਤੋਂ ਪਹਿਲਾਂ ਮੈਂ ਆਪਣੇ MH1 ਦੇ ਪਰਿਵਾਰ ਦਾ ਮੈਂ ਬਹੁਤ ਥੈਂਕਸ ਕਰਦਾ ਜੀ ਸਾਡੇ ਪਰਿਵਾਰ ਦੇ ਮੁਖੀ ਯਾਨੀ ਕਿ ਸਾਡੇ CMD ਸਾਹਿਬ ਬਾਟਲਾ ਸਰ ਦਾ ਬਹੁਤ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਹਾਂ ਜੀ ਕਿ ਉਹਨਾਂ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਤੁਹਾਡੇ ਰੂਬਰੂ ਕਰਾਇਆ ਜੀ ਸਾਰਿਆਂ ਦੇ ਇੱਥੇ ਸ਼ੋ ਹਿੱਟ ਹੋ ਗਿਆ ਸੋ ਨਾਲ ਦੇ ਨਾਲ ਜੇ ਆਪਣੇ ਪਰਿਵਾਰ ਦੀ ਅਗਲੇ ਗੱਲ ਕਰਾਂ ਤਾਂ ਜੀ ਮੇਰੇ ਸਿਮਰਜੋਤ ਮੈਮ ਉਹ ਹਮੇਸ਼ਾ ਹੱਲਾ ਸ਼ੇਰੀ ਦਿੰਦੇ ਨੇ ਜੀ ਮੋਟੀਵੇਟ ਕਰਦੇ ਰਹੇ ਐਜ਼ ਅ ਗਾਈਡ ਐਜ਼ ਅ ਟੀਚਰ ਉਹਨਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਸਾਰਾ ਥੈਂਕਸ ਉਸ ਤੋਂ ਬਾਅਦ ਜਦੋਂ ਸਾਡੀ ਟੀਮ ਦੀ ਵਾਰੀ ਆਈ ਜੀ ਜਿਵੇਂ ਕਿ ਇੱਕ ਰੀੜ ਦੀ ਹੱਡੀ ਹੁੰਦੀ ਹੈ ਜੀ ਸਾਡੇ ਸ਼ੋਅ ਦੀ ਰੀੜ ਦੀ ਹੱਡੀ ਹੈ ਜੀ ਸਾਡੇ ਡਾਇਰੈਕਟਰ ਸਰ ਡਾਇਰੈਕਟਰ ਸਰ ਦਾ ਨਾਮ ਹੈ ਜੀ ਹਰਬੰਸ ਸਿੰਘ ਉਹ ਵੀ ਹਮੇਸ਼ਾ ਮੇਰੇ ਨਾਲ ਡਟੇ ਰਹੇ ਜੇ ਮੈਂ ਕਦੇ ਕਿਤੇ ਢਿੱਲਾ ਵੀ ਪੈਂਦਾ ਤਾਂ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਆ ਉਸ ਤੋਂ ਬਾਅਦ ਤੁਸੀਂ ਸਾਰੇ ਫੇਸਬੁੱਕ 'ਤੇ ਵੀ ਮੇਰੇ ਨਾਲ ਜੁੜੇ ਹੋਏ ਹੋ ਜਦੋਂ ਮੈਂ ਫੋਟੋ ਪਾਉਣਾ ਹੋਣਾ ਇੱਕ ਨਾਲ ਮੁੱਛਾਂ ਵਾਲੇ ਕਿਊਟ ਜੇ ਵੀ ਸਰ ਹੁੰਦੇ ਆ ਸੋ ਉਹ ਹੈਗੇ ਨੇ ਜੀ ਸਾਡੇ DOP ਯਾਨੀ ਕਿ ਡਾਇਰੈਕਟਰ ਆਫ ਫੋਟੋਗ੍ਰਾਫੀ ਕੈਮਰਾ ਚਲਾਉਂਦੇ ਨੇ ਹੁਣ ਵੀ ਉਹੀ ਕੈਮਰਾ ਚਲਾ ਰਹੇ ਨੇ ਨਾਲ ਨਾਲ ਮੁਸਕਰਾਹਟ ਵੀ ਦੇ ਰਹੇ ਨੇ ਮੈਨੂੰ ਸੋ ਉਹਨਾਂ ਦਾ ਵੀ ਥੈਂਕਸ ਉਸ ਤੋਂ ਬਾਅਦ ਸਾਡੇ ਸਾਊਂਡ ਦੇ ਵਿੱਚ ਨੇ ਜੀ ਹੀਰਾ ਜੀ ਦਿਲ ਦੇ ਬੰਦੇ ਬਹੁਤ ਹੀਰੇ ਨੇ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਜੀ ਅਸੀਂ ਸਾਰਾ ਸ਼ੂਟ ਕਰਕੇ ਲੈ ਜਾਂਦੇ ਹਾਂ ਜੀ ਦਿੱਲੀ ਸਾਡੀ ਸਾਰੀ ਟੀਮ ਦਿੱਲੀ ਚੱਲ ਜਾਂਦੀ ਹੈ ਡੈਸਕ ਦੇ ਉੱਤੇ ਆਖਰੀ ਵਾਰੀ ਹੁੰਦੀ ਹੈ ਜੀ ਸਾਡੇ ਸ਼ੋਅ ਨੂੰ ਸ਼ਿੰਗਾਰਨਾ ਸੋ ਸ਼ੋਅ ਨੂੰ 4 ਚੰਦ ਲਾਉਂਦੇ ਜੀ ਸਾਡੇ ਐਡੀਟਰ ਸਰ ਉਹਨਾਂ ਦਾ ਨਾਮ ਹੈਗਾ ਜੀ ਉਹ ਹੱਸਦੇ ਹੋਣਗੇ ਹੁਣ ਹੱਸ ਰਹੇ ਹੋ ਹਾਂਜੀ ਅਮਿਤ ਸਰ ਸੋ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਅਤੇ ਮੈਂ ਸਾਡਾ ਸਭ ਤੋਂ ਵੱਡਾ ਥੈਂਕਸ ਕਰਦਾ ਜੀ ਤੁਹਾਡਾ ਤੁਸੀਂ ਸ਼ੋਅ ਨੂੰ ਹਿੱਟ ਕੀਤਾ ਤੁਹਾਡਾ ਸਭ ਤੋਂ ਵੱਧ ਧੰਨਵਾਦ ਭਾਈ ਤੁਸੀਂ ਸ਼ੋਅ ਨੂੰ ਪਿਆਰ ਦਿੱਤਾ ਤੁਸੀਂ ਸ਼ੋਅ ਨੂੰ ਹਿੱਟ ਕੀਤਾ ਜਿਹੜੇ TV ਸੈੱਟ ਮੂਹਰੇ ਬਹਿ ਕੇ ਹੱਸੀ ਜਾਂਦੇ ਨੇ ਤੁਹਾਡਾ ਬਹੁਤ ਸਾਰਾ ਧੰਨਵਾਦ ਤੁਸੀਂ ਰਵਨੀਤ ਕਲਾਕਾਰ ਬਣਾਤਾ ਇੰਦਾ ਹੀ ਪਿਆਰ ਕਰਦੇ ਰਹੋ ਕੰਟੀਨੀ ਮੰਡੀਰ ਨੂੰ ਤੇ ਰਵਨੀਤ ਨੂੰ ਹੁਣ ਆਪਾਂ ਇਹਨਾਂ ਦੇ ਨਾਲ ਮਸਤੀ ਕਰਦੇ ਹਾਂ ਉਹ ਕਿੱਦਾਂ ਆਨੰਦਪੁਰ ਸਾਹਿਬ ਵਾਲੇ ਓਏ ਚਲੋ ਜੀ ਸਾਲ ਪੂਰਾ ਹੋ ਗਿਆ ਤੇ ਅੱਜ ਅਸੀਂ ਹੈਗੇ ਹਾਂ ਜੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਦੇ ਵਿੱਚ ਸੋ ਲਓ ਜੀ ਮਸਤੀ ਕਰਦੇ ਹਾਂ ਗੱਲਬਾਤ ਕਰਦੇ ਹਾਂ ਸ਼ੁਰੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਵਧੀਆ ਮੈਨੂੰ ਪਛਾਣਿਆ ਕਿ ਨਹੀਂ ਪਛਾਣ ਲਿਆ ਜੀ ਬਈ ਇਹ ਕੁੜੀ ਮੇਰੇ ਨਾਲ 10ਵੀਂ 'ਚ ਪੜ੍ਹਦੀ ਸੀ ਕਮਾਲ ਦੀ ਗੱਲ ਸੁਣੋ ਰਾਜੇ ਵੀ 10ਵੀਂ 'ਚ ਵੀ ਇਹ ਐਡੀ ਸੀ ਤੇ ਅੱਜ ਵੀ ਇਹ ਐਡੀ ਇੱਕ ਕਮਾਲ ਦੀ ਗੱਲ ਮੈਂ ਹੋਰ ਦੱਸਦਾ ਕਿ ਇਹ ਕੁੜੀ ਬਹੁਤ ਇੰਟੈਲੀਜੈਂਟ ਸੀ ਮੈਂ ਕਾਫੀ ਵਾਰ ਇਹਨੂੰ ਕਿਹਾ ਆਏ ਕੀ ਤੂੰ ਨਲਾਇਕ ਹੈ ਮੈਂ ਕਾਫੀ ਵਾਰ ਇਹਨੂੰ ਕਹਿੰਦਾ ਸੀਗਾ ਕਿ ਆਇਤਾ ਟੈਸਟ ਦਿਖਾ ਦੀ ਆਇਤਾ ਟੈਸਟ ਦਿਖਾ ਦੀ ਪਰ ਇਹਨੇ ਕਦੇ ਨਹੀਂ ਦਿਖਾਇਆ ਹਾਏ ਝੂਠਾ ਨਹੀਂ ਝੂਠ ਕਦੇ ਨਹੀਂ ਦਿਖਾਇਆ ਇਹਨੂੰ ਸਾਰਾ ਟੈਸਟ ਆਉਂਦਾ ਹੁੰਦਾ ਸੀਗਾ ਤੇ ਹੋਰ ਸੁਣਾਓ ਜੀ ਹਾਂਜੀ ਵਧੀਆ ਵਧੀਆ ਲੱਗਦਾ ਰਵਨੀਤ ਤੇ TV ਤੇ ਹਾਂਜੀ ਬਹੁਤ ਮੈਂ ਤੇ ਬਹੁਤ ਖੁਸ਼ ਹੋਈ ਸੀ ਮੈਂ ਤੇ ਕਲਾਸ ਚ ਰੋਲਾ ਪਾਇਆ ਹੋਇਆ ਮੇਰਾ ਕਲਾਸ ਚ ਰੋਲਾ ਪਾਇਆ ਹੋਇਆ ਤੁਸੀਂ ਸ਼ੋਅ ਦੇਖਦੇ ਹੋ ਨੇ ਹਾਂਜੀ ਰੈਗੂਲਰ ਰੈਗੂਲਰਲੀ ਹਾਂਜੀ ਕਿੱਦਾਂ ਲੱਗਦਾ ਹੈ ਜਦੋਂ ਉਹੀ ਵਾਲਾ ਕਲਾਸਮੇਟ ਜਿਹਨੂੰ ਤੁਸੀਂ ਪੇਪਰ ਦੇ ਵਿੱਚ ਕੁਝ ਨਾ ਦਿਖਾਇਆ ਹੋਵੇ ਸਾਰੇ ਦੇਖ ਰਹੇ ਹੋਣ ਬਹੁਤ ਲਾਦਾ ਹਾਂਜੀ ਬਹੁਤ ਵਧੀਆ ਫੁਗਰੀ ਮਾਰ ਦੋ ਨਾ ਫੁਗਰੀ ਮੈਂ ਤੇ ਰੋਲਾ ਪਾਵਾ ਕੇ ਦੱਸ ਦਿੰਗਾ ਹਾਂ ਫੁਗਰੀ ਮਾਰਿਆ ਕਰ ਵੀ ਇਹ ਮੇਰੇ ਨਾਲ ਪੜਦਾ ਸੀ ਹਾਂਜੀ ਇਹਨੂੰ ਕੁਝ ਨਹੀਂ ਸੀ ਆਉਂਦਾ ਹਾਂਜੀ ਫੁਗਰੀ ਮਾਰਿਆ ਕਰ ਫੁਗਰੀ ਰਿਸ਼ਤੇਦਾਰਾਂ ਸਾਹਮਣੇ ਪੂਰੀ ਹਾਂਜੀ ਠੀਕ ਹੈ ਇਹ ਮੇਰਾ ਟਿਫਨ ਖਾਇਂਦਾ ਵੀ ਆਪਣੇ ਵੱਲੋਂ ਹੀ
चलो ठीक है, थैंक यू सो मच जी, गॉड ब्लेस। की नाम थोड़ा? गुरप्रीत कौर। गुरप्रीत कौर, थोड़े शौक जी? मैं सिंगिंग में। हां जी। परिवार च कौन-कौन है जी? पापा, मम्मी, ब्रदर। ओके जी। एंड शो देखते होने हो? हां जी बिल्कुल। सारा परिवार देखता है शो? हां जी बिल्कुल। ਜਦੋਂ ਤੁਹਾਡਾ ਮਤਲਬ ਸ਼ੋਅ ਸ਼ੁਰੂ ਹੋਣ ਵਾਲਾ ਹੁੰਦਾ? ਜਦੋਂ ਸ਼ੋਅ ਸ਼ੁਰੂ ਹੋਣ ਵਾਲਾ ਹੁੰਦਾ ਮਤਲਬ ਕਿ ਵੱਡੀ ਸੂਈ ਹੁੰਦੀ ਹੈ ਜੀ 11 ਤੇ 7:55। ਹਾਂਜੀ। ਟੀਵੀ ਸੱਟ ਮੂਹਰੇ ਸਾਰੇ ਬਹਿੰਦੇ? ਹਾਂਜੀ ਬਿਲਕੁਲ। ਪਰ ਘਰ ਦਾ ਕੰਮ ਕੋਈ ਨਹੀਂ ਕਰਦਾ? 5 ਮਿੰਟ ਪਹਿਲਾਂ ਛੱਡ ਦਿੰਦੇ। 5 ਮਿੰਟ ਪਹਿਲਾਂ ਛੱਡ ਦਿੰਦੇ, ਕੁੰਡੀ ਲਾ ਲੈ ਕਰੋ, ਕਹਿੰਦਾ ਚੋਰ ਚੋਰੀ ਕਰ ਦਿੰਦਾ ਹੁੰਦਾ। ਚੋਰ ਨੂੰ ਲੱਗੇ ਤਾਂ ਕੰਡੀ ਨੀ ਮਣੀਰ ਦੇਖੀ ਜਾਂਦੇ, ਆਪਾਂ ਕਰੀਏ ਕੰਮ ਨਹੀਂ। ਚਲੋ ਠੀਕ ਹੈ ਜੀ, ਕੀ ਸੁਣਾਓ ਜੀ ਫਿਰ? ਸਾਨੂੰ ਤੇ ਐਸਾ ਮਾਹੀ ਲੈ ਦੇਣੀ ਮਾਏ, ਸਾਨੂੰ ਤੇ ਐਸਾ ਮਾਹੀ ਲੈ ਦੇਣੀ ਮਾਏ, ਦਿਲ ਦੀ ਜੋ ਰਮਜ਼ ਪਛਾਣੇ, ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ, ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ, ਲੱਗੀਆਂ ਨੀ ਭਾਵਣ ਜਾਣੇ, ਸਾਨੂੰ ਤੇ ਐਸਾ ਮਾਹੀ ਲੈ ਦੇਣੀ ਮਾਏ, ਸਾਨੂੰ ਤੇ ਐਸਾ ਮਾਹੀ। ਬਹੁਤ ਸੋਹਣੀ ਆਵਾਜ਼। ਕਈ ਵਾਰੀ ਟੀਵੀ ਸੈੱਟ ਮੂਹਰੇ ਮੰਮੀ ਕਹਿੰਦੀ ਅੱਛਾ ਤੈਨੂੰ ਲੱਭ ਨਹੀਂ ਆਉਂਦਾ ਹੈ ਕਿ। ਸਤਿ ਸ਼੍ਰੀ ਅਕਾਲ ਜੀ। ਸੁਣਾਓ ਕੀ ਹਾਲ ਹੈ ਤੁਹਾਡਾ? ਵਧੀਆ ਜੀ। ਕੀ ਨਾਮ ਹੈ ਤੁਹਾਡਾ? ਪੱਲਵੀ। ਸਭ ਤੋਂ ਜ਼ਿਆਦਾ ਪਸੰਦ ਕੌਣ ਕਰਦਾ ਸ਼ੋਅ 'ਚ ਪਰਿਵਾਰ 'ਚ? ਸਭ ਤੋਂ ਜ਼ਿਆਦਾ ਪਾਪਾ ਮੇਰੇ। ਸਭ ਤੋਂ ਜ਼ਿਆਦਾ ਡੈਡੀ ਦੇਖਦੇ? ਉਹ ਵੀ ਗਾਉਂਦੇ ਆ ਨਾ, ਇਸ ਕਰਕੇ ਤੁਹਾਨੂੰ ਦੇਖਦੇ ਆ ਨਾਲੇ। ਓਕੇ ਓਕੇ, ਡੈਡੀ ਵੀ ਗਾਉਂਦੇ ਆ ਨਾਲ ਸ਼ੋਅ ਦੇਖਦੇ ਆ? ਹਾਂਜੀ। ਓਕੇ ਓਕੇ, ਸੋ ਤੁਸੀਂ ਐਵੇਂ ਕਹੀ ਜਾਂਦੇ ਹੋ ਵੀ ਇਹ ਮੰਡੀਰ ਹੈ? ਨਾ 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 ਨਾ, ਬੱਚਿਆਂ ਦੇ ਪਿਤਾ ਜੀ ਵੀ ਦੇਖ ਰਹੇ ਨੇ। ਹਾਂ। ਕੀ ਕਹਿੰਦੇ ਹੁੰਦੇ ਡੈਡੀ? ਡੈਡੀ ਬਸ ਅਸੀਂ ਤੁਹਾਨੂੰ ਦੇਖਦੇ ਆ, ਬਾਕੀ ਸਾਡਾ ਸਾਰਾ ਸ਼ੋਅ ਵੇਖਦੇ। ਤਾਰੀਫ ਤਰੂਫ ਵੀ ਕਰਦੇ ਕਿ ਉਹੀ ਬਸ? ਨਹੀਂ ਨਹੀਂ, ਬਹੁਤ ਜ਼ਿਆਦਾ ਤਾਰੀਫ ਕਹਦੇ ਸਾਡੀ। ਕਹਿੰਦੇ ਆ ਵੀ ਠੀਕ ਹੈ ਕੰਮ? ਹਾਂ ਬਹੁਤ ਵਧੀਆ। ਓਕੇ ਓਕੇ ਓਕੇ, ਕਿੱਥੇ ਰਹਿੰਦੇ ਹੋ ਜੀ? ਮੈਂ ਨੰਗਲ ਰਹਿੰਦੀ ਆ। ਕਿੱਥੇ ਪੜ੍ਹਦੇ ਹੋ ਜੀ ਸਕੂਲ? ਆਦਰਸ਼ ਸ਼ਾਲ ਵਿਦਿਆਲਿਆ। ਓਕੇ ਓਕੇ ਓਕੇ, ਹੁਣ ਸ਼ੌਂਕ ਜੀ? ਹੁਣ ਮੈਂ ਸਿੰਗਿੰਗ ਕਰਦੀ ਆ, ਵੈਸੇ ਐਮਐਸਸੀ ਕਰ ਰਹੀ ਆ ਇੱਥੇ ਔਰਗੈਨਿਕ। ਓਕੇ ਜੀ ਓਕੇ, ਸੁਣਾਓ ਜੀ ਫਿਰ। ਓ ਵੀ ਲੁੱਟ ਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ, ਮੈਂ ਵੀ ਲੁੱਟ ਕੇ ਉਹਦਾ ਚਣ ਵੈਣ ਸਭ ਲੈ ਆਈ ਆ, ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆਰੀ, ਮੈਂ ਵੀ ਸੰਗਦੀ ਸੰਗਦੀ ਫੁੱਲਾਂ ਚੋਂ ਹਾ ਕੇ ਆਈ ਆ, ਹੁਣ ਮੇਰਾ ਦਿਲ ਵੀ ਬਸ ਉਹਦੇ ਲਈ ਹੀ ਤੜਕੂਦਾ, ਤੇ ਉਹਦਾ ਦਿਲ ਵੀ ਜਿਸ ਮਿਲਣੇ ਨੂੰ ਤਰਸੂਗਾ, ਕਹਿੰਦਾ ਫਿਰ ਕਦੋਂ ਮੈਡਮ ਜੀ ਦਰਸ਼ਨ ਹੋਵਣਗੇ, ਜਿੱਥੇ ਅੱਜ ਮਿਲੇ ਹਾਂ ਉਸੇ ਹੀ ਥਾਂ ਕੇ ਆਈ ਆ। ਬਹੁਤ ਵਧੀਆ। ਪਹਿਲੀ ਲਾਈਨ ਕੀ ਸੀਗੀ ਜੀ? ਵੀ ਚੈਨ ਨੀ ਨੀਂਦ ਕਿੱਦਾਂ? ਉਹ ਵੀ ਲੁੱਟ ਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ। ਉਹ ਲੁੱਟ ਕੇ ਰਹਿ ਗਿਆ ਨੀਂਦ, ਤੁਸੀਂ ਚੈਨ? ਹਾਂਜੀ, ਜੋ ਮਰਜ਼ੀ ਸਮਝ ਲਓ, ਫਿਰ ਮਰੀਜ਼ ਹੀ ਹੋਏ ਤੁਸੀਂ ਦੋਵੇਂ, ਇਕੱਠੇ ਜਾਇਓ ਹਸਪਤਾਲ ਨੂੰ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਗੋਡ ਬਲੈਸ ਯੂ। ਕੀ ਨਾਂ ਜੀ? ਯਾਦਵਿੰਦਰ ਸਿੰਘ। ਯਾਦਵਿੰਦਰ ਸਿੰਘ, ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਫਤਿਹਗੜ੍ਹ ਸਾਹਿਬ ਤੋਂ ਵੀਰੇ। ਫਤਿਹਗੜ੍ਹ ਸਾਹਿਬ? ਹਾਂਜੀ। ਤੇ ਸ਼ੋਅ ਦੇਖਦੇ ਹੋ? ਸ਼ੋਅ ਬਹੁਤ ਹੀ ਠੀਕ ਹੈ ਕੰਮ, ਮਤਲਬ ਸਾਰੇ ਘਰ ਦੇ ਵੀ ਹਨਾ ਬਹਿ ਕੇ, ਦੋ ਟੀਵੀ ਨੇ ਦੋਵੇਂ, ਉਹਨਾਂ ਦਾ ਦੋ ਟੀਵੀ ਹੁੰਦਾ। ਹਾਂਜੀ, ਇਕੱਠੇ ਚਲਾ ਰੱਖਿਆ ਕੰਮ? ਹਾਂਜੀ ਹਾਂਜੀ, ਇੱਕੋ ਕਮਰੇ ਦੋ ਟੀਵੀ ਲਾਤੇ? ਨਹੀਂ ਨਹੀਂ, ਅਲੱਗ ਅਲੱਗ, ਤੇ ਦੋਵਾਂ ਤੇ ਉਹੀ ਚੱਲਦਾ ਹੁੰਦਾ, ਦੋਵਾਂ 'ਚ ਉਹੀ। ਹਾਂਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਸਾਰੇ ਪਰਿਵਾਰ ਨੂੰ ਬਾਈ, ਧੰਨਵਾਦ, ਤੁਸੀਂ ਸ਼ੋਅ ਨੂੰ ਹਿੱਟ ਕਰਤਾ। ਹੁਣ ਸੁਣਾਓ ਬਾਈ ਗੀਤ, ਕਹਿਣ ਜਾ ਆਜੋ। ਉਹ ਜਿੱਥੇ ਦਿਖ ਗਈ ਜ਼ਮੀਨੀ ਉੱਥੇ ਤੋਰਤੀ ਹਸੀਨ, ਜਿੱਥੇ ਦਿਖ ਗਈ ਜ਼ਮੀਨੀ ਉੱਥੇ ਤੋਰਤੀ ਹਸੀਨ, ਰਹਿ ਗਏ ਪੜੇ ਵੇ ਕਵਾਰੇ ਛੜੇ ਮਾਰ ਕੇ ਸ਼ੁਕੀਨ, ਤੇਰੇ ਕੋਲੋਂ ਉਹ ਵੀਰ ਭਵਿੱਖੇ ਮੰਗਦੇ, ਤੇਰੇ ਕੋਲੋਂ ਉਹ ਵੀਰ ਭਵਿੱਖੇ ਮੰਗਦੇ, ਜਿਹੜੇ ਖੁਦ ਨੂੰ ਕਹਾਉਂਦੇ ਵੱਡੇ ਦਾਨੀ, ਫੁੱਲਾਂ ਚਾਹੇ ਗੱਭਰੂ ਦੀ ਫੁੱਲਾਂ ਦੀ ਜਵਾਨੀ, ਕਾਟੋ ਕੋਈ ਬਿਠਾ ਦੇ ਰੱਬਾ ਬੜੀ ਮਿਹਰਬਾਨੀ, ਫੁੱਲਾਂ ਚਾਹੇ ਗੱਭਰੂ ਦੀ ਫੁੱਲਾਂ ਦੀ ਜਵਾਨੀ, ਸਹੇਲੀ ਕੋਈ ਬਣਾ ਦੇ ਰੱਬਾ ਬੜੀ ਮਿਹਰਬਾਨੀ। ਕੀ ਨਾਂ ਤੁਹਾਡਾ? ਮਨਮੀਤ। ਹਾਂਜੀ ਮਨਮੀਤ। ਮਨਮੀਤ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਅਨੰਦਪੁਰ ਸਾਹਿਬ ਤੋਂ ਹੀ। ਅਨੰਦਪੁਰ ਸਾਹਿਬ ਤੋਂ, ਤੇ ਕੀ ਸ਼ੌਂਕ ਨੇ ਤੁਹਾਡੇ? ਸਿੰਗਿੰਗ। ਸਿੰਗਿੰਗ, ਸੁਣਾਓ ਜੀ ਫਿਰ ਕੀ? ਆਵੋ ਨੀ ਸਿਓ ਹੁਣ।
ਦੇਖਿਓ ਕਿਵੇਂ ਟੱਪਦੀ ਹੈ ਰਸਾ ਦੇਖਿਓ ਤੋ ਵਾਹ ਜੀ ਵਾਹ ਬੱਚੇ ਤਾਂ ਪੜ੍ਹਦੇ ਖਰਬੂਜੇ ਵੀ ਪੜ੍ਹਦੇ ਇੱਥੇ ਅੱਛਾ ਖਰਬੂਜਾ ਹੈ ਕੀ ਊਟ ਹੈ ਸਿੰਪਲ ਵੀ ਪੈਂਦੀ ਹੈ ਖਰਬੂਜੇ ਦੇ ਕਿਉਂ ਜੀ ਹੋਰ ਸੁਣਾਓ ਜੀ ਨਵੀਂ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਫਤਿਹਗੜ੍ਹ ਸਾਹਿਬ ਤੋਂ ਸ਼ੋਅ ਦੇਖਦੇ ਹੁੰਦੇ ਹੋ ਹਾਂਜੀ ਵਧੀਆ ਲੱਗਦਾ ਹਾਂਜੀ ਸਭ ਤੋਂ ਵਧੀਆ ਐਪੀਸੋਡ ਕਿਹੜਾ ਲੱਗਿਆ ਕੋਈ ਯਾਦ ਹੈ ਜਾਂ ਕੋਈ ਆਹ ਗੱਲ ਮੇਰੀ ਯਾਦ ਹੋਵੇ ਜਾਂ ਮੈਂ ਉਹਨੂੰ ਇਹ ਕਿਹਾ ਸੀ ਹਾਂਜੀ ਕਿਹੜੀ ਤੁਸੀਂ ਡਾਂਸ ਕਰਦੇ ਬੜੇ ਵਧੀਆ ਲੱਗਦੇ ਹੋ ਭੰਗੜਾ ਥੈਂਕ ਯੂ ਸੋ ਮਚ ਜੀ ਜਦੋਂ ਮੈਂ ਪਾਉਣਾ ਨਾ ਤੁਸੀਂ ਪਾਉਣੇ ਹੋ ਉੱਥੇ ਹਾਂਜੀ ਘਰੇ ਬਿਲਕੁਲ ਅੱਛਾ ਅੱਛਾ ਫਰਕ ਤਾਂ ਪਿਆ ਨਹੀਂ ਫਿਰ ਆਪਾਂ ਹੋਰ ਕੰਟੀਨਿਊਟੀ ਕਰਾਂਗੇ ਜਿੱਦਣ 100 ਐਪੀਸੋਡ ਹੋ ਗਏ ਮੈਂ ਫੇਰ ਆਉਂ ਤੁਹਾਡੇ ਕੋਲ ਤੁਸੀਂ ਭੰਗੜਾ ਨਾਲ ਪਾਇਆ ਕਰੋ ਹਾਂਜੀ ਪਤਲੇ ਹੋ ਜਾਓ ਪੱਕਾ ਜੀ ਚਲੋ ਠੀਕ ਹੈ ਚੰਗਾ ਥੈਂਕ ਯੂ ਖਰਬੂਜੇ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਰਮਨ ਰਮਨਜੀਤ ਕੌਰ ਰਮਨਜੀਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਆਈ ਐਮ ਫਰਮ ਰੋਪੜ ਰੋਪੜ ਤੇ ਸ਼ੌਂਕ ਜੀ ਗਾਣਾ ਵਗੈਰਾ ਗਾ ਲੈਂਦੇ ਸੁਣਾਓ ਜੀ ਇੱਕ ਕੈਂਠੇ ਵਾਲਾ ਆ ਗਿਆ ਪਰਾਣਾ ਨੀ ਮਾਏ ਤੇਰੇ ਕੰਮ ਨਾ ਮੁਕੇ ਹਾਏ ਲਾਗੀਆਂ ਤੂੰ ਬਿਲੋ ਤੇਰੇ ਕੰਮ ਨੀ ਪਊਏ ਜੇਟੇ ਕੱਦ ਵਾਲੀਏ ਦੌੜ ਗਈਆਂ ਦੇ ਸਿਰਾ ਡਰੰਮ ਨੀ ਪਊਏ ਜੇਟੇ ਕੱਦ ਵਾਲੀਏ ਦੌੜ ਗਈਆਂ ਦੇ ਸਿਰਾ ਡਰੰਮ ਮੈਂ ਕਿਹਾ ਪਾਪਾ ਸਾਡੇ ਕਾਲਜ ਨਾ ਪੰਜਾਬੀ ਦੇ ਪ੍ਰੋਫੈਸਰ ਹੈ ਐਚਓਡੀ ਆ ਪੰਜਾਬੀ ਡਿਪਾਰਟਮੈਂਟ ਦੇ ਉਹਨਾਂ ਦਾ ਬੇਟਾ ਹੈ ਕਹਿੰਦੇ ਫਿਰ ਉਹ ਆਂਦੇ ਤੇ ਹੈ ਨਹੀਂ ਆ ਕਹਿੰਦੇ ਕਾਹਦਾ ਡਰ ਵੀ ਲੱਗਦਾ ਹੁੰਦਾ ਨਾ ਫਿਰ ਅੱਛਾ ਅਸੀਂ ਨਹੀਂ ਕੁੜੀਆਂ ਨਹੀਂ ਡਰਦੀਆਂ ਪਾਪਾ ਤੋਂ ਅੱਛਾ ਜੀ ਮੈਂ ਤਾਂ ਬਹੁਤ ਡਰਾ ਕੇ ਰੱਖਿਆ ਜੀ ਸ਼ੁਰੂ ਤੋਂ ਹੀ ਮੁੰਡੇ ਵਿਗੜੇ ਵੇ ਹੁੰਦੇ ਨਾ ਹਾਂਜੀ 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 ਚਲੋ ਇਹ ਤਾਂ ਟਾਈਮ ਸਿਰ ਗਾਲਾਂ ਪੈ ਗਈਆਂ ਤੇ ਇਸ ਤੱਕ ਪਹੁੰਚ ਗਿਆ ਨਾ ਜੀ ਮੈਂ ਹਾਂਜੀ ਬਹੁਤ ਸਹੀ ਤੇ ਹੁਣ ਸੁਣਾ ਕੇ ਜਾਓ ਜੀ ਫਿਰ ਸਾਨੂੰ ਕੋਈ ਗਾਣਾ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਆਈ ਚਿਰ ਵਾਲਿਆ ਵੇਖਦਾ ਮੇਰਾ ਲੌਂਗ ਵਾਚਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਦਿਲ ਦੇ ਪੈੜਿਆ ਕਿਉਂ ਮਾਰਦਾ ਏ ਤਨ ਵੇ ਮਿਲਣ ਮੈਂ ਆਈ ਤਨ ਰੋਟੀ ਦੇ ਬਹਾਨੇ ਵੇ ਰੋਟੀ ਦੇ ਬਹਾਨੇ ਵੇ ਮਿਲਣਾ ਤਾਂ ਮਿਲ ਨਹੀਂ ਤਾਂ ਰੁੱਸ ਜੂੰਗੀ ਸਦਾ ਲਈ ਮਿਲ ਤਾਂ ਤੂੰ ਕਰਕੇ ਮਨਾਈ ਵੇ ਮੇਰਾ ਲੌਂਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਇੱਕ ਖੰਡ ਦੀ ਪੁੜੀ ਇੱਕ ਚਾਹ ਦੀ ਪੁੜੀ ਇੱਕ ਖੰਡ ਦੀ ਪੁੜੀ ਇੱਕ ਚਾਹ ਦੀ ਪੁੜੀ ਚੰਨਾ ਪੇਪਰਾਂ ਨੇ ਮਾਰੀ ਤੇਰੇ ਹਾਣ ਦੀ ਕੁੜੀ ਚੰਨਾ ਪੇਪਰਾਂ ਨੇ ਮਾਰੀ ਪਰਾਨੇ ਮਾਰੀ ਤੇਰੇ ਹਾਣ ਦੀ ਕੁੜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਕਹਿੰਦੇ ਕੁੜੀਆਂ ਨੇ ਕੋਈ ਵੀ ਕੰਮ ਕਰਨਾ ਹੋਵੇ ਇਹ ਡਰਾਉਂਦੀਆਂ ਹੀ ਆ ਢੋਲੀ ਨੂੰ ਕਹੀਏ ਨਹੀਂ ਮੈਂ ਨਹੀਂ ਜੀ ਕੁੜੀ ਉਹ ਬੇਚਾਰਾ ਢੋਲਣਾ ਸਾਰਿਆਂ ਕਰੀ ਜਾਂਦਾ ਵੀ ਗਾਲਿਆ ਜਿਹੜਾ ਗਾਣਾ ਹੈ
फन मित्रों ऐसे ही कंटिन्यू रहूगा, तुम बिल्कुल रिमोट ना 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 हाथ नहीं लाना। मिलते हैं जी एक छोटे जे अपने फेवरेट शो कंटिन्यू मंडीर के जिन्होंने हुने हुने टीवी सेट ऑन किया, लेट हो गया भाई दस दिए। अच्छ असी अपना पहला साल मना रहे हैं जी कंटिन्यू मंडीर का, तो शो थोड़ी करके हिट हो गया जी। तो अज असी है जी श्री गुरु तेग बहादुर खालसा कॉलेज श्री आनंदपुर साहब के पूरी महफल लगिया हुई ने, रौनक लगिया हुई ने। गलबात करते हैं जी अगे। सत श्रीकाल जी। सत श्रीकाल जी। की नाम थोड़ा? जसप्रीत कौर। जसप्रीत कौर कितों बिलोंग करते हो जी? कीरतपुर साहिब। कीरतपुर साहब तो। हॉबीज जी? स्टिचिंग करना मेरी सब तो बड़ी हॉबी है। ओके 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 ओके। एक सेल्फी हो जाए प्लीज। सेल्फी? हाँ जी। खिचो। मैं छोटी हूँ तुसी ले लो। ओ कदे हूँ करके कदे हाँ करके ओ सेल्फी ले लेनी मुटे यारे लम्मी बात करके सेल्फी। जदो जदो सेल्फी लेनी है कुड़िया कुड़िया ने मुंह देखे ना होंगे कदे ऊ करके कदे ऐ करके ओ सेल्फी ले लेनी मुटे यारे लम्मी। अच्छा सेल्फी एक नाल लो, जे मैं सेल्फी इन्हें नाल लई मगरानियां भी यही हो जांदियां। सत श्री अकाल जी। सत श्री अकाल जी। होर सुनाओ जी? बस ठीक है जी। चढ़दी कला? बस जी। ਪੱਗ ਦਾ ਰੰਗ ਸੋਹਣਾ ਬੰਨਿਆ ਅੱਜ। ਉਹ ਬਾਤ ਜੀ। ਸ਼ੌਂਕ ਵੀਰੇ ਤੁਹਾਡੇ? ਸ਼ੌਂਕ ਗਾਉਣ ਦਾ ਜੀ। ਗਾਉਣ ਦਾ? ਕਰੋ ਜੀ ਪੇਸ਼ਕਸ਼। ਨਾਲੇ ਮੁਬਾਰਕਾਂ ਜੀ, ਤੁਸੀਂ ਸ਼ੋਅ ਨੂੰ ਹਿੱਟ ਕੀਤਾ। ਥੈਂਕ ਯੂ। ਹਾਂਜੀ ਆਓ ਫਿਰ। ਹੋ ਵੱਡੇ ਘਰ ਦੀ ਰਕਾਨੇ ਤੇਰੇ ਸਾਡੇ ਨਾਲ ਯਾਰਾਂ ਨੇ ਨੀ ਤੂੰ ਪਾਉਣੀ ਐ ਬ੍ਰਾਂਡ ਪਾਵਾਂ ਕੁੜਤੇ ਪਜਾਮੇ। ਉਹ ਕੱਲ ਫੇਸਬੁੱਕ ਉੱਤੇ ਆਇਆ ਮੈਸੇਜ ਸੀ ਤੇਰਾ, ਕਾਦੋ ਪਿਆਰ ਪਾ ਕੇ ਵੱਖ ਹੋ ਗਿਆ। ਬਿੱਲੋ ਦਿੰਦੀ ਫਿਰੇ ਪਾਰਟੀ ਤੂੰ ਆਈਫੋਨ ਦੀ ਨਿਕਲ ਯਾਰਾਂ ਦਾ ਮੋਬਾਈਲ ਇੱਥੇ ਚੱਕ ਹੋ ਗਿਆ। ਦਿੰਦੀ ਫਿਰੇ ਪਾਰਟੀ ਤੂੰ ਆਈਫੋਨ ਦੀ ਨਿਕਲ ਯਾਰਾਂ ਦਾ ਮੋਬਾਈਲ ਇੱਥੇ ਚੱਕ ਹੋ ਗਿਆ। ਉਹ ਜਦੋਂ ਪੜ੍ਹਦੀ ਹੁੰਦੀ ਸੀ ਸਾਡੇ ਨਾਲ ਨੀ, ਉਦੋਂ ਖਿਲਰੇ ਹੁੰਦੇ ਸੀ ਤੇਰੇ ਵਾਲ ਨੀ। ਓਏ ਹੋਏ। ਉਹ ਜਦੋਂ ਪੜ੍ਹਦੀ ਹੁੰਦੀ ਸੀ ਸਾਡੇ ਨਾਲ ਨੀ, ਉਦੋਂ ਖਿਲਰੇ ਹੁੰਦੇ ਸੀ ਤੇਰੇ ਵਾਲ ਨੀ। ਹੁਣ ਵਾਲ ਸੱਟ ਰੇਟ ਬਿੱਲੋ ਕਰ ਲੈ, ਹੁਣ ਵਾਲ ਸੱਟ ਰੇਟ ਬਿੱਲੋ ਕਰ ਲੈ, ਇੱਥੇ ਜੱਟ ਦੀ ਜਵਾਨੀ ਵੱਟਾ ਉੱਤੇ ਰੋੜ ਗਈ। ਸਾਡੇ 1100 ਤੇ ਖੇਡਦੀ ਸੀ ਸੱਪਾ ਵਾਲੀ ਗੇਮ, ਅੱਜ ਚੰਗੇ ਦਿਨ ਆਏ ਮਿੱਤਰਾਂ ਨੂੰ ਭੁੱਲ ਗਈ। 1100 ਤੇ ਖੇਡਦੀ ਸੀ ਸੱਪਾ ਵਾਲੀ ਗੇਮ, ਅੱਜ ਚੰਗੇ ਦਿਨ ਆਏ ਮਿੱਤਰਾਂ ਨੂੰ ਭੁੱਲ ਗਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਸਾਕਸ਼ੀ ਸ਼ਰਮਾ। ਸਾਕਸ਼ੀ ਸ਼ਰਮਾ ਕਿੱਥੋਂ ਬਿਲੋਂਗ ਕਰਦੇ ਹੋ ਜੀ? ਉਨਾ ਤੋਂ। ਹਿਮਾਚਲ ਚ? ਹਾਂਜੀ। ਟੋਲ ਟੈਕਸ ਅਜੇ ਵੀ ਹੈਗਾ ਕਿ ਕੱਟਿਆ ਗਿਆ? ਹੁਣ ਹੈ ਹਾਲੇ ਵੀ ਹੈਗਾ। ਹੈਗਾ 30 ਰੁਪਏ ਬਹੁਤ ਲੈਂਦੇ ਹੋ? ਹਾਂਜੀ। ਹੈ ਜੀ। ਤੇ ਕੋਈ ਗੀਤ? ਹਾਂਜੀ ਸੁਣਾਓ ਜੀ। ਆ ਫੜੋ ਜੀ ਮਾਈਕ। ਨੋਟ ਕਰ ਮੁੰਡੇ ਆਵੇ ਤੈਨੂੰ ਗੱਲ ਦੱਸਦੀ, ਮੈਂ ਨੀ ਡਾਲਰ ਆਂਦੇ ਅੱਗੇ ਪਿੱਛੇ ਪਿੱਛੇ ਭੱਜਦੀ। ਨੋਟ ਕਰ ਮੁੰਡੇ ਆਵੇ ਗੱਲ ਦੱਸਦੀ, ਮੈਂ ਨੀ ਡਾਲਰ ਆਂਦੇ ਅੱਗੇ ਪਿੱਛੇ ਪਿੱਛੇ ਭੱਜਦੀ। ਤੈਨੂੰ ਕਦਰ ਨਾ, ਤੈਨੂੰ ਕਦਰ ਨਾ। ਬਾਕੀ ਤਾਂ ਠੀਕ ਹੈ ਜੀ, ਆ ਬਣਾਇਆ ਕੀ ਹੈ ਜੀ? ਹੈ ਜੀ ਉਹੀ ਜੀ ਜੋ ਦਿਖਦਾ। ਇਹਨੂੰ ਕੀ ਕਹਿੰਦੇ ਆ ਜੀ? ਕੀ ਕਿਹਾ ਸੀ? ਪਫ ਪਫ ਤਾਂ ਕਦੇ ਚੜ ਗਿਆ, ਕਦੇ ਨੀਵਾ ਹੋ ਗਿਆ, ਕਦੇ ਫੇਰ ਚੜ ਗਿਆ। ਐਵੇਂ ਹੀ ਹੈ ਜੀ। ਪਰਿਵਾਰ 'ਚ ਕੌਣ ਕੌਣ ਹੈ ਜੀ? ਸਾਰੇ ਜੀ। ਸਾਰੇ ਕੌਣ ਕੌਣ? ਜੋ ਤੁਹਾਡੇ 'ਚ। ਮੇਰਾ ਵਿਆਹ ਵੀ ਹੋ ਗਿਆ, ਆਪਣੇ ਬੱਚੇ ਵੀ ਹੈ, ਤੁਹਾਡੇ ਵੀ ਹੈ ਜੀ। ਫੇਰ ਹੋਰ ਸ਼ੌਂਕ ਜੀ? ਭੰਗੜਾ। ਭੰਗੜਾ ਪਾਓ ਜੀ ਫਿਰ। ਅਜੇ ਤੁਸੀਂ ਵੀ ਨਾਲ ਹੀ ਜਿਹੜਾ ਸਟੈਪ ਤੁਸੀਂ ਕਰੋਗੇ ਉਹ ਮੈਂ ਕਰ ਲੂੰਗਾ ਜੀ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਮਨਤੀਰ ਸਿੰਘ ਹੈ ਜੀ। ਹਾਂਜੀ ਮਨਤੀਰ ਸਿੰਘ। ਮਨਤੀਰ? ਮਨਤੀਰ ਸਿੰਘ। ਮਨਤੀਰ ਵੀਰੇ ਗੱਲ ਇੱਦਾਂ ਵੀ, ਇੱਕ ਚੰਡੀਗੜ੍ਹ ਦੀ ਕੁੜੀ, ਹਾਂਜੀ ਫਾਈ ਫਾਈ, ਹਾਂਜੀ ਆਪਣੇ ਪੇਂਡੂਆਂ ਨੂੰ ਟਿੱਚ ਜਾਣਦੀ ਹੈ ਨਾ। ਹਾਂਜੀ ਵੀ ਆ ਵੀ ਇਹ ਪੇਂਡੂ ਜੋ ਹੋਤੇ ਹੈ ਪਤਾ ਨਹੀਂ ਕੈਸੇ ਹੋਤੇ ਹੈ ਨਾ। ਹਾਂਜੀ ਤੁਸੀਂ ਪਿੰਡ ਵਾਲੇ? ਹਾਂਜੀ ਮੈਂ ਉਹ ਕੁੜੀ ਚੰਡੀਗੜ੍ਹ ਦੀ। ਹਾਂਜੀ ਤੁਸੀਂ ਪੂਰਾ ਦਬਕਾ ਮਾਰਨਾ। ਹਾਂਜੀ ਕੁੜੀ ਦਾ ਨਾਮ ਹੈਗਾ ਕੋਈ ਵੀ ਰੱਖ ਲਓ, ਸੋਹਣੀਆਂ ਰੱਖ ਲਓ ਕਿ ਕੋਈ ਹੈਗੀ ਹੈ ਦਿਲ 'ਚ? ਨਾ ਜੀ। ਚਲੋ ਜਿਹੜਾ ਮਰਜ਼ੀ ਫੋਨ ਲਾ ਦਿਓ, ਠੀਕ ਹੈ ਜੀ? ਤੁਸੀਂ
तुझे कितनी बार समझाऊं कि डोंट कॉल मी। ठीक है जी, ठीक है जी। अरे यार बड़े शरीफ से हो, वाकई शरीफ है भाई। थैंक यू सो मच। सुनाओ भाई जड़ा मर्जी गीत सुनाओ। ओ पावे आम ने जा पावे ए खास ने, तेरे यार दी अखीरी ए आस ने। हाय हाय, ओ तुक्की तकियां दे नाल की बणदा, ओ तुक्की तकियां दे नाल की बणदा, आ अखियां दे बिना ना स्वाद सोणीए। ओ यार ही ने लौंदे कम सिरा यार दे, ओ यार ही जिंदाबाद जिंदाबाद सोणीए। ओ यारा दे ने यार भावें पुट्ठी मत ने, पर जदों भी कराउंदे तां कराउंदे अपने। ओ यारा दे ने यार भावें पुट्ठी मत ने, पर जदों भी कराउंदे तां कराउंदे अपने। तैनू मुछ पुट गबरू गबर लगदे, अंदरों तां वेख नरे साध सोणीए। यार ही ने लाउंदे कम सिरा यार दे, ओ यारी जिंदाबाद जिंदाबाद सोणीए। ओ हरेक मोड़ से खड़ते हो, अज तेरी वाली आई कि नहीं भरा। हेलो जी दोस्तों, यूथ फेस्टिवल दी हो रही है जी तैयारियां, तो इधर मेरी खब्बे बन्ने आ मुंडा मुछा ने वट दे रहा है। तो मुंडे तैयार है फिर भंगड़ा। ਬਾਤਾਂ ਮਸਤੀਆਂ ਫਨ ਇੰਜੋਏ ਪੂਰਾ ਹੋ ਰਿਹਾ ਜੀ, ਤੇ ਹੁਣ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਕਿੱਦਾਂ ਜੀ।
ਬਿਕਰਮਜੀਤ ਸਿੰਘ ਜੀ ਬਿਕਰਮਜੀਤ ਸਿੰਘ ਉਹ ਹੱਸ ਕੇ ਲੰਘਦੀ ਹਰ ਇੱਕ ਵਾਰੀ ਓਏ ਹੱਸ ਕੇ ਲੰਘਦੀ ਹਰ ਇੱਕ ਵਾਰੀ ਨਿੱਕੀ ਜਿਹੀ ਜਿੰਦ ਜ਼ਿੰਮੇਵਾਰੀਆਂ ਨੇ ਭਰੀ ਜਦੋਂ ਆਏ ਬਾਈ ਹਣਾ ਐ ਕੀਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਇੱਥੋਂ ਆਪਾਂ ਖੜਾ ਕਰਤਾ ਜੀ ਐਮਐਲਏ ਕੁਲਚੇ ਛੋਲੇ ਨੀ ਵੇਚਣੇ ਵੋਟਾਂ ਵੋਟਾਂ ਖਿੱਚ ਕੇ ਆਵਾਜ਼ ਕੱਢੋ ਅੰਦਰੋਂ ਕੱਢੋ ਆਵਾਜ਼ ਅੰਦਰੋਂ ਇਲਾਕਾ ਨਿਵਾਸੀਓ ਮੈਂ ਹਾਂ ਬਿਕਰਮਜੀਤ ਸਿੰਘ ਜੋ ਆਪ ਜੀ ਦੇ ਸ਼ਹਿਰ ਵਿੱਚ ਖੜਾ ਹੋਇਆ ਹਾਂ ਸੋ ਪਲੀਜ਼ ਮੈਨੂੰ ਵੋਟ ਪਾਉਣ ਦੀ ਕਿਰਪਾਲਤਾ ਕਰਨਾ ਜੋ ਪਿੱਛੇ ਹੋਇਆ ਕੰਮ ਉਸਦੇ ਵਿੱਚ ਵੱਧ ਤੋਂ ਵੱਧ ਸੁਧਾਰ ਆਊਗਾ ਜੀ ਇੱਕ ਵਾਰ ਤੁਸੀਂ ਵੋਟ ਪਾ ਕੇ ਜ਼ਰੂਰ ਮਤਲਬ ਚੰਡੀਗੜ੍ਹ ਹੁੰਦੀਆਂ ਨੇ ਦਿਲਾਂ ਦੀਆਂ ਚੋਰੀਆਂ ਬਾਹਾਂ ਵਿੱਚ ਬਾਂਹ ਪਾ ਕੇ ਘੁੰਮਦੀਆਂ ਜੋੜੀਆਂ ਚੰਡੀਗੜ੍ਹ ਹੁੰਦੀਆਂ ਨੇ ਦਿਲਾਂ ਦੀਆਂ ਚੋਰੀਆਂ ਬਾਂਹ ਵਿੱਚ ਬਾਂਹ ਪਾ ਕੇ ਘੁੰਮਦੀਆਂ ਜੋੜੀਆਂ ਡਾਕੇ ਵੱਜਦੇ ਦਿਲਾਂ ਦੇ ਸ਼ਰੇਆਮ ਮਿੱਤਰੋ ਵੱਜਦੇ ਦਿਲਾਂ ਦੇ ਸ਼ਰੇਆਮ ਮਿੱਤਰੋ ਆਸ਼ਕੀ ਦੇ ਅੱਡੇ ਆਸ਼ਕੀ ਦੇ ਅੱਡੇ ਯਾਰ ਹੋਰ ਥੰਬ ਤੇਰੇ ਪਰ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰੋ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰੋ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰੋ ਥੈਂਕ ਯੂ ਸੋ ਮਚ ਓਕੇ ਜੀ ਓਕੇ ਛੋਟਾ ਬਦਮਾਸ਼ ਛੱਡ ਕੇ ਆਈਏ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਰੁਪਿੰਦਰ ਕੌਰ ਰੁਪਿੰਦਰ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਨੂਰਪੁਰ ਬੇਦੀ ਨੂਰਪੁਰ ਬੇਦੀ ਤੋਂ ਹਾਂਜੀ ਤੇ ਨੂਰਪੁਰ ਬੇਦੀ ਵਧੀਆ ਹੈ ਕਿ ਨੰਗਲ ਵਧੀਆ ਹੈ ਕਿ ਆਨੰਦਪੁਰ ਸਾਹਿਬ ਵਧੀਆ ਜੀ ਨੂਰਪੁਰ ਬੇਦੀ ਜਿੱਥੇ ਰਹਿੰਦੇ ਹੋ ਜਗ੍ਹਾ ਵਧੀਆ ਨੂਰਪੁਰ ਬੇਦੀ ਨੂਰਪੁਰ ਬੇਦੀ ਨੂਰਪੁਰ ਬੇਦੀ ਸਾਰੇ ਦਾ ਆਪੋ ਆਪਣਾ ਸ਼ਹਿਰ ਵਧੀਆ ਹਾਂਜੀ ਤੇ ਸ਼ੌਂਕ ਜੀ ਸ਼ੌਂਕ ਮੈਨੂੰ ਸਿੰਗਿੰਗ ਦਾ ਹੈ ਜੀ ਬੋਲੀਆਂ ਪਾਉਣ ਦਾ ਹੈ ਜੀ ਲਿਟਰੇਚਰ ਪੜ੍ਹਨ ਦਾ ਹੈ ਲਿਟਰੇਚਰ ਪੜ੍ਹਨ ਦਾ ਸਰ ਤੁਹਾਡੇ ਨਾਂ ਤੇ ਬੋਲੀ ਪਾਣੀ ਐਂਡ ਤੁਹਾਨੂੰ ਬਾਅਦ ਵਿੱਚ ਮੇਰੇ ਤੇ ਭੰਗੜਾ ਪਾਣਾ ਪੈਣਾ ਠੀਕ ਹੈ ਜੀ ਭੰਗੜਾ ਦਾ ਪੈਣ ਜੀ ਸਾਰੇ ਪਾਵਾਂਗੇ ਬੋਲੀ ਪਾ ਦਿਓ ਮੇਰੇ ਨਾਲ ਨਹੀਂ ਨਹੀਂ ਉਹ ਤੇ ਵਿੱਚ ਭੰਗੜਾ ਤੁਸੀਂ ਹੀ ਪਾਣਾ ਮੇਰੇ ਨਾਲ ਉਹ ਨਹੀਂ 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 ਧੱਕੇ ਨਾਲ ਹੀ ਗਈ ਹੋਣੀ ਨਹੀਂ ਨਹੀਂ ਤੂੰ ਪਾ ਚਲੋ ਫਿਰ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਢੀਠ ਭੰਗੜਾ ਤਾਂ ਸੱਜਦਾ ਭੰਗੜਾ ਤਾਂ ਸੱਜਦਾ ਜੈ ਨੱਚੇ ਨਾਲ ਰੱਬ ਨੀ ਤੇ ਭੰਗੜਾ ਤਾਂ ਸੱਜਦਾ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਚੂਲਾ ਬਾਰੀ ਬਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦਾ ਝੂਲਾ ਭੰਗੜਾ ਤਾਂ ਸੱਜਦਾ ਜੇ ਨੱਚੇ ਨਾਲ ਰਸਗੁੱਲਾ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਪਿਆ ਭੰਗੜਾ ਹੁਣ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਬਾਈ ਜੀ ਪਰਸਨੈਲਿਟੀ ਨਾਲ ਨਾਲ ਫਨ ਨਾਲ ਨਾਲ ਐਂਟਰਟੇਨਮੈਂਟ ਨਾਲ ਨਾਲ ਮੈਸੇਜ ਨਸ਼ਿਆਂ ਤੋਂ ਦੂਰ ਰਹੋ ਬੋਡੀਆਂ ਬਣਾਓ ਮੇਰਾ ਲੋੜ ਤਾਂ ਅਜੇ ਫਿੱਕਾ ਹੀ ਹੈ ਬਾਈ ਅੱਗੇ ਸੋ ਸਿਹਤ ਦਾ ਵੀਰੋ ਖਿਆਲ ਰੱਖਿਆ ਕਰੋ ਤੇ ਤੇ ਉਤੋਂ ਬਟਨ ਨੇ ਖੋਲੇ ਕਿਸ਼ਤਾਂ ਤੇ ਲੈ ਕੇ ਪਲਟੀਨਾ ਸੋਹਣੇ ਉਹ ਪੱਟੇ ਜਾਣੇ ਨੀ ਪਟੋਲੇ ਮੁੰਡਾ ਕਹਿੰਦਾ ਮਾਰਿਆ ਕਮੈਂਟ ਤੇਰਾ ਚੰਗਾ ਨੀ ਤਰੀਕਾ 25 ਕਿੱਲੇ ਨਾ ਜੱਟ ਦੇ ਤੇ ਵੀਰ ਰਹਿੰਦੇ ਅਮਰੀਕਾ ਗਾੜੇ ਥੋੜੇ ਬੈਂਕ ਦਾ ਵੀ ਸਾਰ ਦਿੰਦੇ ਆ ਫੋਰਚੂਨਰ ਚ ਬਹਿਣ ਵਾਲੀ ਤੂਣੀ ਲੱਗਦੀ ਇਸੇ ਕਰਕੇ ਤੇ ਗੜੀ ਮਾਰ ਦਿੰਦੇ ਆ ਕੀ ਕਾਟਾ ਮੀਟੀ ਜੀ ਖੇਲੀ ਹੈ ਜੀ ਸਰਦਾਰ ਗੋਰਿਆਂ ਨੂੰ ਦਫਾ ਕਰੋ ਉਹ ਗੋਰਿਆਂ ਨੂੰ ਦਫਾ ਕਰੋ ਮੈਂ ਆ ਪਤਲੇ ਦੀ ਤਾਰ ਕਾਲਾ ਸ਼ਾ ਕਾਲਾ ਸੱਸੜੀਏ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਸੱਸੜੀਏ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਜਿਹੜਾ ਮੇਰੇ ਹਾਣ ਦਾ ਉਹ ਖਿੜਿਆ ਫੁੱਲ ਗੁਲਾਬੀ ਉਹ ਕਾਲਾ ਸ਼ਕਾਲਾ ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ ਗੋਡ ਬਲੈਸ ਯੂ ਆਜੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਬੱਲੇ ਬੱਲੇ ਬੱਲੇ
बहुत सारिया फोटो बहुत सारा प्यार आई एम बिग फैन ऑफ यूअर्स यू आर द बेस्ट ऑफ तुहाडी बड़ी बहुत बहुत कंब दिते हुए ने बहुत फूका यू आर द बेस्ट एंकर इन द वर्ल्ड ओह माय गॉड बापू तेरे पुत ने सितार बन जाना है नौकरी तो है नहीं कलाकार बन जाना है थैंक यू सो मच जी थोनू भी बाबा जी बहुत सारी तरक्कियां देन बड़ा लाया नेल बेड़ संतरी है ठीक है और शौक जी ते सुनाओ जी गीत फिर ओ वाइट गोल्ड दी रिंग ना ही हीरियां दे हार नू मैं की दस चटना है तेरी लम्मी कान नू तेरी लम्मी कान नू तेरी लम्मी कान वाइट गोल्ड दी रिंग ना ही हीरियां दे हार नू मैं की दस चटना है तेरी लम्मी कान नू ते सी रॉक स्टार नू ओए आ हील के नेंच दे जी हैं पता नहीं जे एक पा के तुरना होवे जुत्ती दे के ला के फिर हां खिसुगे ना गिरना नहीं स्पोर्ट करो फैशन शो है फैशन शो ਦੇ ਵਿੱਚ ਉਹਨੇ ਇਹੀ ਰੱਖਿਆ ਹੋਇਆ ਕੰਪਲਸਰੀ ਆ ਵੀ ਇੱਕ ਜੁੱਤੀ ਪਾਉਣੀ ਹੈ ਇੱਕ ਲਾਉਣੀ ਹੈ ਸੋ ਇੱਕ ਜੁੱਤੀ ਲਾ ਕੇ ਹੁਣ ਤੁਰ ਕੇ ਦੇ ਇਹ ਤੁਰਨਗੀਆਂ ਅਸੀਗਲ ਭਾਈ ਅਸੀਗਲ ਜੀ ਕੀ ਹਾਲ ਚਾਲ ਜੀ ਵੀਰੇ ਬਾ ਵਧੀਆ ਤੁਸੀਂ ਸੁਣਾਓ ਜੀ ਬਹੁਤ ਬਹੁਤ ਕਿਰਪਾ ਜੀ ਬਹੁਤ ਸੋਹਣੇ ਲੱਗ ਰਹੇ ਹੋ ਜੱਚ ਰਹੇ ਹੋ ਥੈਂਕ ਯੂ ਭਾਈ ਤੁਸੀਂ ਬਹੁਤ ਸੋਹਣੇ ਲੱਗ ਰਹੇ ਥੈਂਕ ਯੂ ਵੀਰੇ ਥੈਂਕ ਯੂ ਤੁਹਾਡੇ ਕਰਕੇ ਆ ਜੀ ਹੋਰ ਨਵੀਂ ਤਾਜੀ ਜੀ ਬਾ ਵਧੀਆ ਤੁਸੀਂ ਸੁਣਾਓ ਜੀ ਸਾਡੇ ਕੋ ਕਾਦੀ ਨਵੀਆਂ ਤਾਜੀਆਂ ਨਵੀਆਂ ਤਾਜੀਆਂ ਤੁਹਾਡੇ ਕੋ ਹੋਣਗੀਆਂ ਜੀ ਨਾ ਨਾ ਭਾਈ ਹਰੇਕ ਕੱਲ ਜਾਗੀਦੇ ਬਸ ਨਜ਼ਾਰੇ ਲਈਦੇ ਸ਼ੋਅ ਦੇਖ ਕੇ ਓਕੇ ਜੀ ਭਾਈ ਥੈਂਕ ਯੂ ਸੋ ਮਚ ਸੁਣਾਓ ਜੀ ਭਾਈ ਭਾਈ ਮੈਂ ਨਸ਼ਿਆਂ ਤੇ ਗਾਣਾ ਚਾਹੁੰਦਾ ਅੱਜ ਕੱਲ ਦੀ ਮਟੀਰ ਜਿਵੇਂ ਨਸ਼ਿਆਂ ਤੇ ਹਾਂਜੀ ਸੋ ਕਹਿੰਦੇ ਨੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖੁਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖੁਰਾਕਾਂ ਕੰਮ ਆਉਣੀਆਂ ਬਿਨਾਂ ਗਿਣੇ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ ਟੀਕਿਆਂ ਤੇ ਸੂਟਿਆਂ ਨੇ ਚੂਸ ਲਏ ਲਾਲੀਆਂ ਨੀ ਚਿਹਰੇ ਉੱਤੇ ਆਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖੁਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਬਾਜੋ ਹਾਣੀਓ ਉਹ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ ਬਾਪੂ ਦੀ ਜ਼ਮੀਨ ਵੀ ਕਲੋਨੀ ਘੱਟ ਵੇਚਤੀ ਆਖਦਾ ਏ ਮੁੰਡਾ ਬੜੇ ਪੈਸੇ ਵੱਟ ਵੇਚਤੀ ਸਾਬੇ ਉੱਡ ਜਾਣੇ ਨੇ ਸਮੈਕ ਚ ਵੈਲੀਆਂ ਨਯਾਰੀਆਂ ਜੇ ਲਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖੁਰਾਕਾਂ ਕੰਮ ਆਉਣੀਆਂ ਥੈਂਕ ਯੂ ਵੀਰੇ ਕੀ ਨਾਂ ਜੀ ਗੁਰਦੀਪ ਸਿੰਘ ਜੀ ਆ ਜਿੰਨੀ ਭੋਲੀ ਸ਼ਕਲ ਬਣਾਈ ਹੈ ਨਹੀਂ ਤੂੰ ਇਹਨਾਂ ਕਿ ਨਹੀਂ ਇੰਨੇ ਭੋਲਾ ਨਾ ਭੋਲੇ ਹੈ ਜੀ ਕੀ ਸ਼ੌਂਕ ਹੈ ਤੁਹਾਡੇ ਸ਼ੌਂਕ ਗਾਉਣਾ ਜੀ ਗਾਉਣਾ ਹਾਂਜੀ ਸੁਣਾਓ ਜੀ ਫਿਰ ਹੋ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਜੱਗਾ ਜੰਮਿਆ ਹਾਂ ਜੰਮਿਆ ਤੇ ਮਿਲਣ ਵਧਾਈਆਂ ਕੇ ਬੱਚਾ ਹੋਇਆ ਛਾਕੇ ਮਾਰਦਾ ਪੂਰਨਾ ਪੂਰਨਾ ਹੋ ਮਾਂ ਕੋਲੋਂ ਵਿਛੜ ਗਿਆ ਉਹ ਪੁੱਤ ਸੂਰਮਾ ਜੱਟ ਦੇ ਕਬੂਤਰ ਜੀਨੇ ਉਹ ਨਦੀਓ ਪਾਰ ਚੁਗਦੇ ਦਾਣੇ ਦਾਣੇ ਉਹ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਉਹ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਸੋ ਫਨ ਮਿੱਤਰੋ ਇੱਦਾਂ ਹੀ ਕੰਟੀਨਿਊ ਰਹੂਗਾ ਤੁਸੀਂ ਬਿਲਕੁਲ ਰਿਮੋਟ ਨੂੰ ਨਾ 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 ਹੱਥ ਨਹੀਂ ਲਾਣਾ ਮਿਲਦੇ ਹਾਂ ਜੀ ਇੱਕ ਛੋਟੇ ਜੇ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਜੀ ਅੱਜ ਪੂਰਾ ਇੱਕ ਸਾਲ ਹੋ ਗਿਆ ਜੀ ਕੰਟੀਨੀ ਮੰਡੀਰ ਨੂੰ ਸਾਡੇ ਸ਼ੋਅ ਨੂੰ ਤੁਸੀਂ ਇੱਦਾਂ ਹੀ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਅਤੇ ਹੁਣ ਅਸੀਂ ਬੱਚਿਆਂ ਨਾਲ ਬਹੁਤ ਫਨ ਕੀਤਾ ਮਸਤੀ ਕੀਤੀ ਹੁਣ ਟੀਚਰਸ ਦੇ ਨਾਲ ਇੱਥੋਂ ਦੇ ਪ੍ਰੋਫੈਸਰ ਸੰਬੰਧ ਨਾਲ ਆਪਾਂ ਗੱਲ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭ ਨਾਮ ਜੀ ਡਾਕਟਰ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਸਰ ਬਤੌਰ ਪ੍ਰਿੰਸੀਪਲਸ਼ਿਪ ਤੁਸੀਂ ਕਦੋਂ ਜੁਆਇਨ ਕੀਤਾ ਮੈਂ 2013 ਸਤੰਬਰ 'ਚ ਜੁਆਇਨ ਕੀਤਾ ਸੀ ਅਤੇ ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ ਜੀ ਹੁਣ ਤੱਕ ਦਾ ਸਫ਼ਰ ਬਹੁਤ ਵਧੀਆ ਸਫ਼ਰ ਰਿਹਾ ਓਕੇ ਜੀ ਮੈਂ ਮਹਿਸੂਸ ਕਰਦਾ ਬਈ ਕਾਲਜਾਂ ਦਾ ਵਿੱਦਿਅਕ ਸੰਸਥਾਵਾਂ ਦਾ ਮੁੱਖ ਮੰਤਵ ਜਿਹੜਾ ਹੁੰਦਾ ਆ ਉਹ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸੀਅਤ ਦੀ ਉਸਾਰੀ ਕਰਨਾ ਹੁੰਦਾ ਜੀ ਅਤੇ ਅਸੀਂ ਜਿੱਥੇ ਅਕੈਡਮਿਕ ਅਕਾਦਮਿਕ ਕੋਰਸ ਬੱਚਿਆਂ ਨੂੰ ਮੌਕੇ ਦੇ ਜਾਂ ਸਮੇਂ ਦੇ ਹਾਣ ਦੇ ਰਹੇ ਹਾਂ ਉੱਥੇ ਨਾਲ ਹੀ ਅਸੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਸਹਿਕ ਜਿਹੜੀਆਂ ਵਿੱਦਿਅਕ ਗਤੀਵਿਧੀਆਂ ਉਹਦੇ ਵਿੱਚ ਵੀ ਹਿੱਸਾ ਲੈਣ ਸਰ ਸਾਡੇ ਸ਼ੋਅ ਨੂੰ ਅੱਜ ਪੂਰਾ ਸਾਲ ਹੋ ਗਿਆ ਜੀ ਤੁਸੀਂ ਦੇਖਦੇ ਹੁੰਦੇ ਹੋ ਜੀ
ਬਿਲਕੁਲ ਦੇਖਦਾ ਜੀ, ਮੈਂ ਦੇਖਦਾ, ਮੇਰੇ ਬੱਚੇ ਦੇਖਦੇ ਆ। ਇਸ ਤੋਂ ਬਾਅਦ ਮੈਂ ਆਪਣੇ ਡਰਾਈਵਰ ਨਾਲ ਕਈ ਵਾਰ ਗੱਲ ਕਰਦਾ, ਉਹ ਤੁਹਾਡਾ ਬਹੁਤ ਫੈਨ ਹੈ ਇਸ ਸ਼ੋਅ ਦਾ। ਡਰਾਈਵਰ ਸਾਹਿਬ, ਹਾਂਜੀ ਹਾਂਜੀ, ਚਲੋ ਠੀਕ ਹੈ ਜੀ, ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ ਜੀ, ਬਹੁਤ ਥੈਂਕ ਯੂ ਸੋ ਮਚ ਸਰ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਥੈਂਕ ਯੂ, ਥੈਂਕ ਯੂ ਸੋ ਮਚ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਡਾ ਸ਼ੁਭ ਨਾਮ ਜੀ? ਮਲਕੀਤ ਸਿੰਘ ਜੀ। ਮਲਕੀਤ ਸਿੰਗ ਸਰ, ਸਰ ਤੁਸੀਂ ਕਾ ਸਬਜੈਕਟ ਹਿੰਦੀ ਲਿਟਰੇਚਰ ਪੜਾਉਂਦਾ ਜੀ ਇੱਥੇ? ਓਕੇ ਜੀ ਓਕੇ ਜੀ। ਕਿੰਨੇ ਸਾਲ ਤੋਂ ਸਰ? ਮੈਂ ਪਿਛਲੇ 23 ਸਾਲ ਤੋਂ ਪੜਾ ਰਿਹਾ, ਸੇਵਾ ਕਰ ਰਿਹਾ ਇਸ ਸੰਸਥਾ ਵਿੱਚ। ਕਿੱਦਾਂ ਦੀ ਚੱਲ ਰਹੀ ਹੈ ਲਾਈਫ? ਬਹੁਤ ਵਧੀਆ ਲਾਈਫ ਚੱਲ ਰਹੀ ਹੈ ਜੀ। ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ 'ਚ ਮੈਂ ਹਾਂ, ਮੇਰੀ ਮਿਸਿਜ਼ ਹੈ, ਬੇਟਾ ਹੈ, ਇੱਕ ਬੇਟੀ ਹੈ। ਓਕੇ ਜੀ ਓਕੇ। ਸਰ ਸ਼ਰਟ ਬੜੀ ਸੋਹਣੀ ਪਾਈ ਹੈ। ਹਾਂਜੀ, ਇਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਸ਼ਹਿਰ ਮੈਂ ਲੈਣਾ ਤੁਹਾਡੇ ਤੋਂ। ਠੀਕ ਹੈ, ਪਰਦੇ 'ਚ ਗੱਲ ਕਰਾਂਗੇ ਸਰ। ਓਕੇ ਓਕੇ ਓਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੀ ਪੱਗ ਸਰ ਤੁਹਾਡੇ ਵੀ ਜੀ। ਥੈਂਕ ਯੂ ਜੀ। ਤੁਹਾਡਾ ਸ਼ੁਭ ਨਾਮ ਜੀ? ਡਾਕਟਰ ਜਸਵਿੰਦਰ ਸਿੰਘ। ਓਕੇ ਜੀ। ਤੁਸੀਂ ਸਰ, ਤੁਹਾਡਾ ਕਿਹੜਾ ਸਬਜੈਕਟ ਹੈ ਜੀ ਇੱਥੇ? ਪੰਜਾਬੀ। ਪੰਜਾਬੀ ਜੀ? ਹਾਂਜੀ। ਤੇ ਸਰ ਤੁਸੀਂ ਪੜ੍ਹੇ ਕਿੱਥੋਂ ਜੀ? ਮੈਂ ਪਟਿਆਲੇ ਮਹਿੰਦਰਾ ਕਾਲਜ ਪਟਿਆਲਾ, ਫਿਰ ਯੂਨੀਵਰਸਿਟੀ। ਓਕੇ ਜੀ। ਸਰ ਜਦੋਂ ਤੁਸੀਂ ਪੜ੍ਹਦੇ ਸੀਗੇ ਜੀ, ਸ਼ਰਾਰਤੀ ਸੀਗੇ ਕਿ ਨਹੀਂ? ਕਰ ਹੀ ਲਈਦੀਆਂ ਸ਼ਰਾਰਤਾਂ ਤਾਂ। ਅੱਛਾ ਜੀ, ਹੁਣ ਐਂ ਨਹੀਂ ਲੱਗਦਾ ਵੀ ਯਾਰ ਉਹ ਟਾਈਮ ਵਧੀਆ ਸੀਗਾ? ਸਾਰੇ ਟਾਈਮ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੇ ਨੇ। ਹਾਂਜੀ, ਉਹ ਟਾਈਮ ਵੀ ਵਧੀਆ ਸੀ, ਮਿਸ ਵੀ ਕਰੀਦਾ, ਪਰ ਇਹ ਟਾਈਮ ਵੀ ਬਹੁਤ ਵਧੀਆ। ਓਕੇ ਜੀ ਓਕੇ। ਬਤੌਰ ਲੈਕਚਰਰ ਵਧੀਆ ਚੱਲ ਰਹੀ ਲੱਗ? ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਸੋ ਮਚ ਜੀ, ਵਧੀਆ ਲੱਗਿਆ ਜੀ ਗੱਲ ਕਰਕੇ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਡਾ ਸ਼ੁਭ ਨਾਮ ਜੀ? ਅਵਤਾਰ ਸਿੰਘ। ਓਕੇ ਜੀ ਸਰ, ਤੁਸੀਂ ਕੀ ਪੜ੍ਹਾਉਂਦੇ ਹੋ ਜੀ ਇੱਥੇ? ਮੈਂ ਪੰਜਾਬੀ ਪੜ੍ਹਾਉਂਦਾ। ਮਾਈਕ ਫੜੋ ਸਰ। ਸਰ ਮੈਨੂੰ ਸੁਣਨ 'ਚ ਆਇਆ ਵੀ ਤੁਸੀਂ ਆਪਣੇ ਵੱਡੇ ਮੁੰਡੇ ਨੂੰ ਸੱਤਵੀਂ 'ਚ ਬਹੁਤ ਕੁੱਟਿਆ। ਇੱਥੇ ਹੀ ਬਸ ਨਹੀਂ ਵੀਰੋ, ਅੱਠਵੀਂ ਦੇ ਵਿੱਚ ਵੀ ਬਹੁਤ ਕੁੱਟਾ ਪਈ। ਸਰ ਕੀ ਇਹ ਸੱਚ ਹੈ? ਸਰ ਹੱਸੋ ਨਾ ਜੀ। ਨੌਵੀਂ ਦੇ ਵਿੱਚ ਵੀ ਬਹੁਤ ਮੁਸ਼ਕਿਲ ਨਾਲ ਬਚਿਆ ਵੀਰੋ, ਇੱਥੇ ਹੀ ਬਸ ਨਹੀਂ ਵੀਰੋ, ਦਸਵੀਂ ਬੋਰਡ ਦੀ ਕਲਾਸ, ਪਹਿਲਾਂ ਸਕੂਲ ਫਿਰ ਘਰੇ ਆ ਕੇ ਕਲਾਸ। ਕੀ ਇਹ ਸੱਚ ਹੈ ਸਰ? ਬਿਲਕੁਲ ਸੱਚ ਹੈ ਜੀ। ਮੈਂ ਤੁਹਾਨੂੰ ਦੱਸਦਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਕੁੱਟਾਂ ਪਈਆਂ, ਝਟਕਾਂ ਪਈਆਂ, ਮਾਰ ਪਈ, ਇਹ ਨੇ ਜੀ ਮੇਰੇ ਫਾਦਰ ਸਾਹਿਬ। ਮੈਨੂੰ ਬਹੁਤ ਸਪੋਰਟ ਕਰਦੇ ਆ ਜੀ, ਹਰੇਕ ਕੁਛ ਵੀ ਮੈਂ ਕਰਨਾ ਹੋਵੇ ਜੀ, ਜਿਹੜੀ ਮੈਂ ਜਿੱਦ ਕੀਤੀ ਉਹਨਾਂ ਨੇ ਪੂਰੀ ਕੀਤੀ। ਕੁੱਟ ਵੀ ਬਹੁਤ, ਝਟਕਾਂ ਵੀ ਬਹੁਤ, ਪਿਆਰ ਵੀ ਬਹੁਤ, ਮੇਰੀ ਬਹੁਤ ਵੱਡੀ ਸਪੋਰਟ ਹੈ ਜੀ। ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ, ਬਹੁਤ ਮਾਣ ਹੈ ਜੀ ਕਿ ਮੈਂ ਇਹਨਾਂ ਦੇ ਕਾਲਜ ਆਇਆ। ਸੋ ਪਿਓ ਸਾਹਮਣੇ ਹੰਝੂ ਆਏ ਜਾਂਦੇ ਜੀ ਖੁਸ਼ੀ ਦੇ। ਆਈ ਲਵ ਯੂ ਪਾਪਾ। ਬਾਈ ਮੈਂ ਤੁਹਾਨੂੰ ਦੱਸਦਾ, ਹੰਝੂ ਹੰਝੂ ਸਾਫ਼ ਕਰੀਏ, ਪਹਿਲਾਂ ਕੁੱਟ ਵਾਲੇ ਹੰਝੂ ਸੀ, ਹੁਣ ਖੁਸ਼ੀ ਵਾਲੇ ਹੈ। ਬਾਪ ਬੇਟਾ ਦੋਨੋਂ ਰੋ ਪੜੇ। ਸੋ ਗਾਉਂਦੇ ਬਹੁਤ ਵਧੀਆ ਨੇ ਜੀ ਮੇਰੇ ਫਾਦਰ ਸਾਹਿਬ, ਉਸਤਾਦ ਲਾਲ ਚੰਦ ਯਮਲਾ ਜੱਟ ਜੀ ਨਾਲੇ ਬਹੁਤ ਰਹੇ। ਅਤੇ ਹੁਣ ਇਹਨਾਂ ਤੋਂ ਸੁਣਾਂਗੇ ਜੀ ਇੱਕ ਪਿਆਰਾ ਜਿਹਾ ਗੀਤ, ਫਿਰ ਆਪਾਂ ਉਸੇ ਮਾਹੌਲ ਦੇ ਵਿੱਚ ਬੈਕ ਆਵਾਂਗੇ। ਸੋ ਸੁਣਾਓ ਜੀ ਪਾਪਾ ਇੱਕ ਵਧੀਆ ਜਿਹਾ ਗੀਤ। ਗੀਤ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਪਹਿਲਾਂ ਬੇਟੇ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਪ੍ਰੋਫੈਸਰ ਅਵਤਾਰ ਸਿੰਘ ਦਾ ਬੇਟਾ ਹੈ, ਪਰ ਅੱਜ ਮੈਨੂੰ ਮਾਣ ਹੈ ਕਿ ਅੱਜ ਇਹ ਕਿਹਾ ਜਾਂਦਾ ਕਿ ਇਹ ਰਵਨੀਤ ਸਿੰਘ ਦੇ ਫਾਦਰ। ਮੈਂ ਤੁਹਾਨੂੰ ਗੱਲ ਦੱਸਦਾ ਜੀ, ਮੈਂ ਚੌਂਕ 'ਤੇ ਚਲਾਵਾਂ ਹੈ ਨਾ ਜੀ ਸਕੂਟਰੀ, ਥਾਣੇਦਾਰ ਸਾਹਿਬ ਨੇ ਨਾਕਾ ਲਾ ਲਿਆ, ਕਹਿੰਦੇ ਕਿੱਧਰ? ਮੈਂ ਕਿਹਾ ਜੀ ਪ੍ਰੋਫੈਸਰ ਅਵਤਾਰ ਸਿੰਘ ਦਾ ਬੇਟਾ। ਕਹਿੰਦੇ ਅੱਛਾ ਅੱਛਾ ਚਲੋ ਠੀਕ ਹੈ, ਪਰ ਬੇਟੇ ਹੌਲੀ ਚਲਾਇਆ ਕਰੋ। ਇੱਕ ਦਿਨ 17 'ਚ ਬੈਠੇ ਇਹ ਅਤੇ ਮੰਮੀ, ਇਹਨਾਂ ਕੋਲ ਬੱਚੇ ਭੱਜੇ ਗਏ, ਤੁਸੀਂ ਰਵਨੀਤ ਦੇ ਪਾਪਾ? ਕਹਿੰਦੇ ਹਾਂ ਵੀ ਇਹ ਇੰਨਾ ਰੌਲਾ। ਉਸ ਦਿਨ ਇਹਨਾਂ ਦਾ ਬਰਥਡੇ ਸੀਗਾ ਜੀ, ਉਹਨਾਂ ਨੇ ਸਪੈਸ਼ਲ ਇਹਨਾਂ ਨੂੰ ਹੈਪੀ ਬਰਥਡੇ ਕੀਤਾ, ਅਤੇ ਇਹ ਜਦੋਂ ਇਹਨਾਂ ਨੇ ਮੈਨੂੰ ਆ ਕੇ ਗਲਤ ਸੀ, ਮੈਨੂੰ ਬਹੁਤ ਖੁਸ਼ੀ ਹੋਈ ਅਤੇ ਬੜਾ ਮਾਣ ਮਹਿਸੂਸ ਹੋਇਆ। ਸੋ ਵੀਰੋ ਪੇਰੈਂਟਸ ਦਾ ਨਾਮ ਜ਼ਰੂਰ ਰੋਸ਼ਨ ਕਰ ਲਿਓ ਜਿੰਨਾ ਕੁ ਕਰ ਸਕਦੇ। ਧੰਨਵਾਦ, ਆਉਣ ਦਿਓ ਜੀ ਗੀਤ। ਓ ਮੈਂ ਉਸ ਤੋਂ ਬਲਹਾਰੀ ਜਾਵਾਂ, ਅਤੇ ਤੇਰਾ ਜਿਸ ਕਲ ਭੂਤ ਬਣਾਇਆ, ਪੰਜ ਤੱਤ ਇਕੱਠੇ ਕਰਕੇ ਉਸਨੇ ਤੇ ਰੂਹ ਵਿੱਚ ਆਣ ਟਿਕਾਇਆ। ਉਹ ਕਿਸੇ ਵੀ ਚੀਜ਼ ਦੀ ਕਸਰ ਨਹੀਂ ਉਹ ਛੱਡੀ, ਅਤੇ ਉਹਨੇ ਹਰ ਰੰਗ ਐਸਾ ਲਾਇਆ, ਕਾਦਰ ਦੀ ਕੁਦਰਤ ਦਾ ਯਮਲਾ, ਅਤੇ ਲੋਕੋ ਭੇਦ ਕਿਸੇ ਨਹੀਂ ਪਾਇਆ।
मैं तेरी तू मेरा छड़ना जामी वे जो अलड़ पुणे बिच लाइया तोड़न बामी वे मैं तेरी तू मेरा हंस हंसनी वांगू चन्ना तेरा मेरा जोड़ा तेरे बाजों सोल चकोरी की कुसा विछोड़ा चन हो अखियां तो योले ना हो जामी वे जो अलड़ पुणे बिच लाइया तोड़न बामी वे मैं तेरी तू मेरा तेरा कद सरू दा बूटा वेख वेख के जीवा तेरा कद सरू दा बूटा वेख वेख के जीवा जी करदा ए दी तेरी दे कासे पर पर पीवा तू जाके दूर दुराडे ना तुड़फामी वे जो अलड़ पुणे बिच लाइया तोड़न बामी वे मैं तेरी तू मेरा प्यार तेरे बिच सुन वे चन्ना मैं हो गई दीवानी अगे जख्म बथेरे दिल ते होर ना मारी कानी डूंगा जख्म छोड़ा तेरा मलमा लामी वे जो अलड़ पुणे बिच लाइया चलो ठीक है सारे नो पहला जड़े ने सुरिंदर छिंदा जी की आवाज़ दे विच वो किवें गाउणगे आ गए रोडवेज की लारी वो दस रहे हैं ओ आगी रोडवेज दी लारी ओ आगी रोडवेज दी लारी ना कोई शीशा ना कोई बारी एदी केड़े रूट दी ਯਾਰੀ ਕਿਹੜੇ ਰਸਤੇ ਪੈਣੀਆਂ ਲੰਮੇ ਸਫ਼ਰ ਤੇ ਜਾਣਾ ਕਿਹੜਾ ਲੋਕ ਲਰੇਣੀਆਂ ਲੰਮੇ ਸਫ਼ਰ ਤੇ ਜਾਣਾ ਕਿਹੜਾ ਲੋਕ ਲਰੇਣੀਆਂ ਵੀ ਇੱਕ ਗੱਲ ਕਹਾਂ ਮਿੱਤਰੋ ਉਹ ਵੀ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਕਿਸੇ ਦਾ ਗੀਤ ਨਹੀਂ ਗਾਉਂਦਾ ਹੁੰਦਾ ਆਹ ਮੇਰਾ ਸਾਹਮਣੇ ਭੂਆ ਦਾ ਪੁੱਤ ਕਹੀ ਜਾਂਦਾ ਰੋਡਵੇਜ ਦੀ ਲਾਰੀ ਸੁਣਾ ਲਓ ਸੁਣਾਉਣ ਡਿਆਂ ਆਗੀ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀਆਂ ਲੰਮੇ ਸਫ਼ਰ ਤੇ ਜਾਣਾ ਏ ਕਿ ਲੋਕਲ ਰਹਿਣੀਆਂ ਉਹ ਲੰਮੇ ਸਫ਼ਰ ਤੇ ਜਾਣਾ ਏ ਕਿ ਲੋਕਲ ਰਹਿਣੀਆਂ ਉਹ ਬੀਬੀ ਬਹਿ ਵੀ ਜਾ ਚੁੱਪ ਕਰਕੇ ਅਸੀਂ ਤਾਂ ਵੀ ਜਾਣਿਆਂ ਨੇ ਮਰ ਮਰ ਕੇ ਧੱਕੇ ਨਾਲ ਸਟਾਰਟ ਕਰਕੇ ਇੱਥੇ ਮਸਾਂ ਲਿਆਂਦੀ ਆ ਕਿਵੇਂ ਮੈਂ ਕਹਿ ਦੇਵਾਂ ਕਿ ਮੁਕੇ ਜਾਂਦੀ ਆ ਹੁਣ ਕਿਵੇਂ ਮੈਂ ਕਹਿ ਦੇਵਾਂ ਕਿ ਮੁਕੇ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਮੈਂ ਪੰਜਾਬੀ ਪੜ੍ਹਾਉਂਦੀ ਹਾਂ ਜੀ ਬਹੁਤ ਕਮਾਈ ਕੀਤੀ ਮੈਡਮ ਨੇ ਸਿਹਤ ਵੀ ਬਣਾਈ ਮੈਡਮ ਨੇ ਕਿੱਥੋਂ ਪੜ੍ਹੇ ਹੋ ਜੀ ਮੈਂ ਪਟਿਆਲਾ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਓਕੇ ਜੀ ਕਿੱਦਾਂ ਚੱਲਦੀ ਹੈ ਲਾਈਫ ਬਹੁਤ ਵਧੀਆ ਜੀ ਕਦੋਂ ਤੋਂ ਪੜ੍ਹਾਉਂਦੇ ਹੋ ਜੀ ਇੱਥੇ ਮੈਂ ਪਹਿਲਾਂ 1 ਸਾਲ ਪੜ੍ਹਾਇਆ ਸੀ ਫਿਰ ਮੈਂ ਪੀਐਚਡੀ ਕਰਨ ਲੱਗੀ ਹੁਣ ਮੈਂ 1 ਸਾਲ ਦੁਬਾਰਾ ਜੁਆਇਨ ਹੋ ਗਈ ਜੀ ਪੀਐਚਡੀ ਹਾਂਜੀ ਹੋ ਗਈ ਬਹੁਤ ਵਧੀਆ ਮੁਬਾਰਕਾਂ ਜੀ ਥੈਂਕ ਯੂ ਜੀ ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਪਟਿਆਲੇ ਤੋਂ ਜੀ ਅੱਛਾ ਹੁਣ ਪਟਿਆਲੇ ਵੈਸੇ ਪਟਿਆਲੇ ਤੋਂ ਨਹੀਂ ਹੁਣ ਰੋਪੜ ਹੁਣ ਰੋਪੜ ਹਾਂਜੀ ਠੀਕ ਹੈ ਠੀਕ ਹੈ ਸ਼ੋ ਦੇਖਦੇ ਹੋ ਨੇ ਜੀ ਹਾਂਜੀ ਜ਼ਰੂਰ ਜੀ ਚਲੋ ਠੀਕ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਗੋਡ ਬਲੈਸ ਯੂ ਥੈਂਕ ਯੂ ਸੋ ਮਚ
इस कॉलेज के प्यारे जे स्टूडेंट साढ़े वास्ते केक लैके आए थे जी, तो असीं वह केक कट्टण दी जिहड़ी रस्म है वह प्रिंसीपल सर मेरे नाल अदा करनगे। सो कंटीनी मंडीर के पहले साल की खुशी च केक कट्टण लगे हैं जी। इन्ना कि दिओ जी, तुसीं केक लैके आए जी, तुहानूं सारिआं नूं धन्नवाद। थोड़ा थोड़ा खाओ जी। आ लो, मैं दंदां दे तारां लगियां बर्थडे मनाया जी अज पहला कंटीनी मंडीर का, थोड़ा सारे का एक बार फिर सब तो थैंक्स थैंक्स थैंक्स। शो नूं इदां ही प्यार करते रहो, कंटीनी मंडीर नूं प्यार करते रहो, एम एच वन नूं प्यार करते रहो। रवनीत वल्लों बाय बाय जी, भंगड़ा जी। थैंक्स फॉर वॉचिंग कंटीनी मंडीर और एम एच वन कंटीनी मंडीर के इस यूट्यूब चैनल नूं तुसी सबसक्राइब करो ताकि अगले शोज की जिहड़ी नोटिफिकेशन हैगी है वो थोनों मिलती रहे। थैंक यू सो मच।